ਇਹਦੇ ਖਿਲਾਫ ਧਰਨਾ ਦੇ ਕੇ ਆਇਆ ਡੇਲੀ ਵੇਜਾਂ ਦੇ ਉੱਤੇ ਰੱਖਿਆ 15-15 ਦਿਨ ਦੇ ਕੰਟਰੈਕਟ ਦੇ ਉੱਤੇ ਤੇ ਹੁਣ ਕਹਿੰਦਾ 1000 ਰੁਪਈਆ ਦੂੰ 17-18 ਸਾਲ ਤੋਂ ਉੱਤੇ ਵਾਲੀ ਜਨਾਨੀ ਕਿਉਂ ਬਾਈ 17 ਸਾਲ ਵਾਲੀ ਤੇਰੀ ਲੱਗਦੀ ਨਹੀਂ ਕੁਛ ਤੇ 16 ਸਾਲ ਵਾਲੀ ਕੁੜੀ ਕੁਛ ਨਹੀਂ ਹੈ ਲਓ ਮੈਂ ਤੁਹਾਨੂੰ ਕਹਿੰਦਾ ਪੰਜਾਬ ਕਾਂਗਰਸ ਐਤਕੀ ਅਗਰ ਜਿੱਤੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਣ ਦੇ ਨਾਤੇ ਮੈਂ ਵਚਨ ਦਿੰਦਾ ਤੁਹਾਨੂੰ ਹਰੇਕ ਧੀ ਭੈਣ ਮਾਂ ਨੂੰ ਜਿਹੜੀ ਸਵੇਰੇ ਚੁੱਲ੍ਹਾ ਫੂਕਦੀ ਹੈ ਬੱਚੇ ਤਿਆਰ ਕਰਕੇ ਸਕੂਲੇ ਭੇਜਦੀ ਹੈ ਜਿਹੜੀ ਸਾਰੀ ਰਾਤ ਚੁੱਲ੍ਹੇ ਦੇ ਵਿੱਚ ਦਲਦਲ ਦੇ ਵਿੱਚ ਫਸੀ ਰਹਿੰਦੀ ਹੈ ਉਹਨੂੰ ਸਨਮਾਨ ਦੇਏਗੀ ਕਾਂਗਰਸ 1100 ਰੁਪਈਏ ਤੇ 8 ਸਿਲੰਡਰ ਸਾਲ ਦੇ ਫਰੀ ਦੇ 1100 ਰੁਪਈਏ 8 ਸਿਲੰਡਰ ਫਰੀ 2% ਰਜਿਸਟਰੀਆਂ ਔਰਤਾਂ ਦੇ ਨਾਂ ਤੇ ਤੇ ਜਿਹੜਾ ਕਰਾਉ ਧੀ ਭੈਣ ਮਾਂ ਦੇ ਨਾਂ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲੱਗੇਗੀ ਤੀਸਰੀ ਗੱਲ ਇਹ ਕਹਿੰਦਾ 18 ਸਾਲ ਤੋਂ ਉੱਤੇ ਜਿਹੜੀ ਪੰਜਵੀਂ ਪੜੂ 5000 ਜਿਹੜੀ 10ਵੀਂ ਪੜੂ 15000 ਜਿਹੜੀ 12ਵੀਂ ਪੜੀ ਉਹਨੂੰ 20000 ਰੁਪਏ ਦੇ ਨਾਲ ਕੰਪਿਊਟਰ ਠੋਕ ਕੇ ਦਿਆਂਗੇ ਇਹਦੇ 8-10 ਪੁਆਇੰਟ ਨੇ ਜਿਹੜੀ ਕਾਂਗਰਸ ਪਾਰਟੀ ਅਨਾਊਂਸ ਕਰੂਗੀ ਇਸ ਕਰਕੇ ਮੂੰਹ ਲਾ ਲਿਓ ਜੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਤੇ ਜ਼ੁਲਮ ਸਹਿਣਾ ਛੱਡ ਦਿਓ ਡਰਨਾ ਡਰਨਾ ਛੱਡ ਦਿਓ ਉਹ ਲੰਬੂ ਮੇਰੇ ਵਰਕਰ ਵੱਲ ਅੱਖ ਕੱਢੀ ਮੈਂ ਅੱਖਾਂ ਕੱਢ ਲੂ ਤੇਰੀਆਂ ਫਿਰ ਅੰਨਾ ਮਾਰੂ ਅੰਨੀ ਨੂੰ ਤੇ ਘਸੋਲੋ ਵਜੂ ਥਮੀ ਨੂੰ ਡਰਨਾ ਬੰਦ ਕਰੋ ਕਾਇਰ ਆਦਮੀ ਰੋਜ਼ 50 ਵਾਰ ਮਰਦਾ ਤੇ ਬਹਾਦਰ ਜੀਵਨ ਦੇ ਵਿੱਚ ਇੱਕ ਵਾਰ ਆ ਸੁੱਖਾ ਫਿਰਦਾ ਦੇਖੋ ਕੁਰਸੀਆਂ ਨੂੰ ਸਤਿ ਸ਼੍ਰੀ ਅਕਾਲ ਬਣਾਉਂਦਾ ਕੁੱਤਿਆਂ ਨੂੰ ਸਤਿ ਸ਼੍ਰੀ ਅਕਾਲ ਬਣਾਉਂਦਾ ਇਹਨਾਂ ਕੋਲ ਬੰਦਾ ਹੈ ਨਹੀਂ ਇੱਥੇ ਦਾ ਬਾਹਰਲੇ ਬੰਦੇ ਲਿਆ ਕੇ ਇਹ ਡਰੇ ਇਸ ਕਰਕੇ ਵੀ ਸਿੱਧੂ ਆਊ ਸਾਡੀਆਂ ਦੁਕਾਨਾਂ ਬੰਦ ਕਰੋ ਇਸ ਕਰਕੇ ਦੋਵੇਂ ਹੱਥ ਖੜੇ ਕਰਕੇ ਗੁਰੂ ਦਾ ਨਾਰਾ ਬੁਲੰਦ ਕਰ ਦਿਓ ਦੋਵੇਂ ਹੱਥ ਖੜੇ ਕਰਕੇ ਬੋਲੋ ਸੋਨਿਹਾ ਇਲੈਕਸ਼ਨ ਅਗਲੇ ਇਲੈਕਸ਼ਨ ਲਈ ਨਹੀਂ ਵੀਰੋ ਇਹ ਇਲੈਕਸ਼ਨ ਅਗਲੀ ਪੀੜ੍ਹੀ ਦੇ ਲਈ ਲੜਦੇ ਤੇ ਜੇ ਅਗਲੀ ਪੀੜ੍ਹੀ ਬਚਾਉਣੀ ਹੈ ਤੇ ਵੋਟਾਂ ਹੱਕ ਸੱਚ ਨੂੰ ਪਾਈ ਪੰਜਾਬ ਨੂੰ ਪਾਈ